मैं बधाई भी करना, धन्यवाद भी करना, नगर वासियों का, डाकघर वासियों का, कि भावे छिंज मेला हर साल होता, पर ये छिंज मेला आज श्री गुरु ग्रंथ साहब जी के प्रकाश उत्सव से दिहाड़े से हो रहा। इस करके मेरी बेनती है कि गुरु ग्रंथ साहब जी ने मान की जात सब एक के पहचान को धरा सानू दस्या ते उस महान पवित्र दिहाड़े की खुशी की गवाही दब के थले चलाओ। वाहेगुरु जी का खालसा, वाहेगुरु जी की फतेह। मैं खुशी हाँ कि गुरु जी साहब से ਸਾਡਾ ਜਨਾਬ ਪਹਾੜ ਦੀ ਜਿਹੜੀ ਕੁਸ਼ਤੀ ਹੋ ਰਹੀ ਆ, ਇਸ ਕੁਸ਼ਤੀ ਜੰਗਾਂ ਨੂੰ ਦੇਖਣ ਲਈ ਦਾਤਕ ਬੜੇ ਉਤਾਵਲੇ ਨੇ, ਉਤਸ਼ਕ ਨੇ। ਆਹ ਪ੍ਰਵਾਨਾਂ ਦਾ ਭੇਦ ਜਦੋਂ ਹੁੰਦਾ, ਭਾਵੇਂ ਰਾਜਸੀ ਖਾੜੇ ਦਾ ਹੋਵੇ, ਭਾਵੇਂ ਇਹ ਜੰਗਲ ਚੋਵੇ, ਲੋਕਾਂ ਨੂੰ ਖੁਸ਼ੀ ਹੁੰਦੀ ਆ। ਸੋ ਅੱਜ ਇਸ ਅਖਾੜੇ ਦੇ ਵਿੱਚ ਜੋ ਇਹ ਕੁਸ਼ਤੀਆਂ ਹੋ ਰਹੀਆਂ, ਪ੍ਰਵਾਨਾਂ ਨੇ ਕੁਸ਼ਤੀਆਂ ਦਿਖਾਈਆਂ, ਸਾਨੂੰ ਬੜੀ ਖੁਸ਼ੀ ਹੋਈ ਆ। ਔਰ ਜਦੋਂ ਕੋਈ ਜੇਤੂ ਹੋ ਕੇ ਨਿਕਲਦਾ ਪਹਿਲਵਾਨ, ਤਾਂ ਹਰ ਬਜ਼ੁਰਗ ਨੂੰ, ਹਰ ਮਾਂ ਤੇ ਬਾਪ ਨੂੰ ਖੁਸ਼ੀ ਹੁੰਦੀ ਆ ਕਿ ਉਹਦੇ ਬੱਚੇ ਵੀ ਇਸ ਤਰ੍ਹਾਂ ਜੇਤੂ ਹੋ ਕੇ ਨਿਕਲ। ਸੋ ਪਹਿਲਵਾਨ ਪਰਮਾਤਮਾ ਦਾ ਰੂਪ ਹੁੰਦੇ ਨੇ, ਔਰ ਪਹਿਲਵਾਨਾਂ ਦਾ ਜਿੱਥੇ ਫੇਰਾ ਪੈ ਜਾਂਦਾ, ਉਹ ਧਰਤੀ ਤਲਵਾਰ ਹੋ ਜਾਂਦੀ ਆ। ਸੋ ਮੈਂ ਸਮਝਦਾ ਇਹ ਨਗਰ ਦੇ ਲੋਕ ਪਰਮਾਤਮਾ ਦੀ ਬਖਸ਼ ਨਾਲ ਹਰ ਸਾਲ ਇੱਥੇ ਇਹ ਛਿੰਝ ਮੇਲਾ ਕਰਾਉਂਦੇ ਨੇ, ਤੇ ਅੱਜ ਵੀ ਇਹ ਛਿੰਝ ਮੇਲੇ ਵਿੱਚ ਸਾਨੂੰ ਸ਼ਾਮਲ ਹੋ ਕੇ ਬੜੀ ਖੁਸ਼ੀ ਹੋਈ ਆ। ਸੋ ਮੈਂ ਜੇਤੂ ਪਹਿਲਵਾਨਾਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ, ਉੱਥੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ। ਬੜਾ ਹਰਦੇਵਾ ਵੀ ਆ, ਗਰਮੀ ਵੀ ਆ, ਜੇ ਦਰਸ਼ਕ ਇੰਨੇ ਉਤਸ਼ਾਹ ਨਾਲ ਨਾ ਆਉਣ ਤਾਂ ਕੁਸ਼ਤੀ ਕਰਨ ਵਾਲੇ ਪਰਿਵਾਰ ਵੀ ਕੁਸ਼ਤੀ ਦਾ ਸਵਾਦ ਨਹੀਂ ਲੈ ਸਕਦੇ, ਨਾ ਆਪਣੇ ਜੋਹਰ ਦਿਖਾ ਸਕਦੇ ਨੇ। ਤੇ ਦਰਸ਼ਕਾਂ ਦਾ ਉਤਸ਼ਾਹ ਮਾੜੇ ਤੋਂ ਮਾੜੇ ਪਰਿਵਾਰ ਨੂੰ ਵੀ ਕਰਦਾ ਕਰ ਦਿੰਦਾ। ਸੋ ਅੱਜ ਡਾਕਟਰ ਸੁਖਵਿੰਦਰ ਕੁਮਾਰ ਚੋਟੀ ਜੀ ਆਪ ਹੀ ਵੀ ਆਏ, ਆਪਣੀ ਸਾਰੀ ਟੀਮ ਨੂੰ ਲੈ ਕੇ ਆਏ ਨੇ। ਡਾਕਟਰ ਸਾਹਿਬ ਜੀ ਆਏ, ਸੋਹਣਾ ਢਾਕਾ ਜੀ, ਕੱਲ੍ਹ ਜੀ ਕਰਨਾਲਾ ਜੀ, ਤਹਿਸੀਲਦਾਰ ਸਾਹਿਬ, ਔਰ ਸਾਡੀ ਭੈਣ ਬੀਬੀ ਨਗਵਿੰਦਰ ਕੌਰ ਹਾਮੜਾ, ਜੋ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਕੇ ਆ ਰਹੇ ਨੇ ਅਕਾਲੀ ਦਲ ਦੇ ਵੀਰਵਾਰ ਦੇ ਤੌਰ ਤੇ, ਔਰ ਬਲਾਕ ਸਮਿਤੀ ਦੇ ਵੀਰਵਾਰ ਹੁਣੇ ਤੁਸੀਂ ਸਨਮਾਨ ਕੀਤੇ ਨੇ। ਸੋ ਮੇਰਾ ਮਤਲਬ ਕਿ ਹਰ ਇੱਕ ਨੂੰ ਚਾਹ ਹੈ, ਖੁਸ਼ੀ ਹੈ। ਤੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬੜੀ ਪੀੜਾ ਹੁੰਦੀ ਆ, ਬੜੀ ਤਕਲੀਫ ਹੁੰਦੀ ਆ, ਜਿੱਥੇ ਲੋਕ ਮੇਲੇ ਲਾਉਂਦੇ ਹੋਣ, ਜਿੱਥੇ ਲੋਕ ਖਿੱਚਾ ਲਾਉਂਦੇ ਹੋਣ, ਜਿੱਥੇ ਲੋਕ ਗਲਵੱਕੜੀਆਂ ਪਿਆਰੀਆਂ ਪਾ ਕੇ ਸਾਂਝਾ ਬਣਾਉਂਦੇ ਹੋਣ, ਉਹਨਾਂ ਸਾਂਝਾ ਨੂੰ ਤੋੜਨ ਲਈ, ਉਹਨਾਂ ਗਲਵੱਕੜੀਆਂ ਨੂੰ ਤੋੜਨ ਲਈ, ਉਹ ਦੋਖੀ ਨਿਰੁਖ ਲੋਕ ਇਹਨਾਂ ਥਾਵਾਂ ਦਾ ਉਜਾਲਾ ਕਰਨ ਲਈ, ਮੈਂ ਸਮਝਦਾ ਚਾਰੋ ਪੱਚੀ ਹੁੰਦੇ ਰਹਿੰਦੇ ਨੇ, ਪਰ ਲੋਕਾਂ ਦਾ ਏਕਾ, ਲੋਕਾਂ ਦਾ ਪਿਆਰ। ਮੈਂ ਵਧਾਈ ਦਿੰਦਾ ਇੱਥੋਂ ਦੇ ਸਰਪੰਚ ਸਾਹਿਬ ਨੂੰ, ਇੱਥੋਂ ਦੀ ਨਗਰ ਪੰਚਾਇਤ ਨੂੰ, ਇੱਥੋਂ ਦੇ ਲੋਕਾਂ ਨੂੰ, ਜਿਹਨਾਂ ਨੇ ਪਿਛਲੀਆਂ ਜਾਨਾਂ ਦਾ ਮੈਂ ਸਮਝਦਾ ਨਕਾਬ ਕਰਕੇ ਅੱਜ ਇਸੇ ਖੇਡ ਮੈਦਾਨ ਦੇ ਵਿੱਚ ਇਹ ਛਿੰਝ ਮੇਲਾ ਕਰਾਉਣ ਜੋਗਰੇ ਹੋਏ ਨੇ। ਸੋ ਮੈਂ ਬਹੁਤਾ ਕੁਛ ਨਾ ਕਹਿਣਾ ਹੋਇਆ, ਇੱਕ ਵਾਰ ਫਿਰ ਜੇਤੂ ਪਹਿਲਵਾਨਾਂ ਨੂੰ ਮੁਬਾਰਕਬਾਦ ਦੇ ਕੇ ਦਰਸ਼ਕਾਂ ਦਾ ਧੰਨਵਾਦ ਕਰਕੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਸੋਹਣੀ ਕੁਸ਼ਤੀ ਚੱਲ ਰਹੀ ਹੈ।